अफरीका का ना यार साडा पहला देश है ते पहले देश की जड़ा रेल का एक्सपीरियंस है इन्ना क ज़्यादा सोहना रहा ना वाह पुछो ना। ओ वाह क्या बात है, ये तो एयरपोर्ट नू भी मात दिंदा यार। मैं लगता इन्ना सोहना तो इन्हों का एयरपोर्ट नहीं सीगा जिन्ना सोहना इन्होंने ट्रेन स्टेशन बना रखे। चैकिंग इन्नी क ज़्यादा हार्ड सी ना स्टेशन ते पहली बार देखी है किसी भी देश के दे, रेलवे स्टेशन की इन्नी हार्ड चैकिंग। एयरपोर्ट वाली चैकिंग सी कुत्तियां तो साढ़े बैग संघाए गए। स्टेशन के बाहर है इतने बंदे हैं आवाजा मारते होंगे थोड़ू ए मिल लेंगे। देखो बोर्ड चक्की खड़े साढ़े ना बोर्ड है किसी को ना सू लेके जाऊ चले टैक्सी वाले स्वागत है तुहाडा एक बार फिर नवे व्लॉग दे विच। ते अज दे व्लॉग च असीं सफर करन जा रहे हैं कीनिया की राजधानी नायरोबी तो मंबासा। मंबासा इहदा ही मतलब कीनिया का एक शहर है, काफ़ी वड्डा ते सोहना शहर है, समुद्र किनारे वसया होया। उहदे लई असीं लैणी आ ट्रेन ते हुण असीं जा रहे हैं ट्रेन स्टेशन। सवेर दे 7:30 होए हुए हैं, 8 बजे साडी ट्रेन हैगी ते कि देखदे आ अज कि कीनिया दीआं जिहड़ियां रेल है ਉਹ ਕਿਹੋ ਜਿਹੀਆਂ, ਕੀਨੀਆ ਦਾ ਰੇਲ ਸਫ਼ਰ ਕਿਹੋ ਜਿਹਾ। ਵੈਸੇ ਆਪਾਂ ਜਿਹੜੀ ਵੀ ਕੰਟਰੀ 'ਚ ਜਾਂਦੇ ਹਰ ਕੰਟਰੀ 'ਚ ਰੇਲ ਸਫ਼ਰ ਜ਼ਰੂਰ ਕਰੀਦੇ। ਇੱਥੇ ਨਾ ਕੀਨੀਆ ਦੇ ਵਿੱਚ ਦੋ ਐਪਸ ਚੱਲਦੀਆਂ, ਇੱਕ ਤਾਂ ਉਬਰ ਚੱਲਦੀ ਹੈਗੀ ਅਤੇ ਦੂਜਾ ਚੱਲਦੀ ਹੈਗੀ ਬੁਲਟ। ਅਤੇ ਇਹਦੇ ਨਾਲ ਤੁਹਾਨੂੰ ਇਹੋ ਜਿਹੀਆਂ ਗੱਡੀਆਂ ਮਿਲ ਜਾਂਦੀਆਂ ਜਿਹੜੀਆਂ ਸਾਨੂੰ ਇਹ ਛੱਡਣ ਜਾ ਰਹੀ ਹੈ ਟ੍ਰੇਨ ਸਟੇਸ਼ਨ 'ਤੇ। ਅਤੇ ਇਹ ਤੁਸੀਂ ਐਪ ਜ਼ਰੂਰ ਡਾਊਨਲੋਡ ਕਰ ਲਿਓ ਇੱਥੇ ਆਉਣ ਤੋਂ ਪਹਿਲਾਂ। ਕੀਨੀਆ ਦੇਖ ਲਓ ਰਾਜਧਾਨੀ ਤੋਂ ਬਾਹਰ ਇੰਨਾ ਸੋਹਣਾ, ਸੜਕਾਂ ਸੁੜਕਾਂ ਇੰਨੀਆਂ ਵਧੀਆ ਬਣੀਆਂ ਹੋਈਆਂ। ਅਤੇ ਇਹ ਤਾਂ ਯਾਰ ਪੂਰੇ ਮੈਨੂੰ ਲੱਗਦਾ ਕੀਨੀਆ 'ਚ ਹੀ ਸਾਨੂੰ ਮਿਲਣਗੀਆਂ ਜਿਹੜੀਆਂ ਸੜਕਾਂ ਵਗੈਰਾ ਵਧੀਆ ਮਿਲਣਗੀਆਂ। ਇਹ ਆ ਗਿਆ ਜੀ ਟ੍ਰੇਨ ਸਟੇਸ਼ਨ। ਇਹ ਨਾ ਜਿਹੜੀ ਰਾਜਧਾਨੀ ਹੈ ਨਾਇਰੋਬੀ ਉਹਦੇ ਬਾਹਰ ਬਾਹਰ ਬਣਿਆ ਹੋਏਗਾ ਬਿਲਕੁਲ। ਮੈਨੂੰ ਲੱਗਦਾ ਵੀ ਕੋਈ ਹੋਣਾ 10 ਕਿਲੋਮੀਟਰ ਬਾਹਰ, ਏਅਰਪੋਰਟ ਦੇ ਬਿਲਕੁਲ ਕੋਲ ਬਣਿਆ ਹੋਇਆ। ਬਹੁਤ ਸੋਹਣਾ ਟ੍ਰੇਨ ਸਟੇਸ਼ਨ ਹੈ ਯਾਰ। ਉਹ ਟ੍ਰੇਨ ਖੜੀ ਹੈ, ਮੈਨੂੰ ਲੱਗਦਾ ਜਿਹੜੀਆਂ ਇੱਥੋਂ ਦੀਆਂ ਟ੍ਰੇਨਸ ਹੋਣਗੀਆਂ ਉਹ ਵੀ ਬਹੁਤ ਸੋਹਣੀਆਂ ਹੋਣਗੀਆਂ। ਓਨਲੀ 2 ਮਿੰਟ 2 ਮਿੰਟ ਬਚ ਰਿਹਾ, ਕਹਿੰਦੇ ਅਸੀਂ ਗੇਟ ਕਲੋਜ਼ ਕਰ ਦੇਣਾ ਵੀ ਜਲਦੀ ਜਲਦੀ ਆ ਜਾਓ। ਇਸ ਚੈਕਿੰਗ ਹੋਣੀ ਹੈ, ਚੈਕਿੰਗ ਪਹਿਲਾਂ ਇੱਥੇ ਚੈਕਿੰਗ ਹੁੰਦੀ ਹੈ ਬਾਈ। ਚੈਕਿੰਗ ਇੰਨੀ ਕੁ ਜ਼ਿਆਦਾ ਹਾਰਡ ਸੀ ਨਾ ਸਟੇਸ਼ਨ 'ਤੇ ਪਹਿਲੀ ਵਾਰ ਦੇਖੀ ਹੈ ਕਿਸੇ ਵੀ ਦੇਸ਼ ਦੇ ਰੇਲਵੇ ਸਟੇਸ਼ਨ 'ਤੇ ਇੰਨੀ ਹਾਰਡ ਚੈਕਿੰਗ। ਏਅਰਪੋਰਟ ਵਾਲੀ ਚੈਕਿੰਗ ਸੀ, ਕੁੱਤਿਆਂ ਤੋਂ ਸਾਡੇ ਬੈਗ ਸੰਘਾਏ ਗਏ ਅਤੇ ਸਾਰਾ ਕੁਛ। ਬਾਕੀ ਦੇਖਦੇ ਹਾਂ ਅੱਗੇ ਅੱਗੇ ਕਿਵੇਂ ਰਹਿੰਦਾ। ਇਹ ਆ ਗਿਆ ਟਿਕਟ ਆਫਿਸ, ਬੜਾ ਸੋਹਣਾ। ਜਿਹੜੀਆਂ ਇੱਥੇ ਟਿਕਟਸ ਨੇ ਉਹ ਵੀ ਆਟੋਮੈਟਿਕ ਟਿਕਟਸ ਦਾ ਏਰੀਆ ਬਣਿਆ ਹੋਇਆਗਾ ਅਤੇ ਜਿਹੜੀਆਂ ਟਿਕਟਸ ਆ ਤੁਸੀਂ ਇਹਨੂੰ ਬੁੱਕ ਕਰ ਸਕਦੇ ਹੋ। ਕੀਨੀਆ ਦੀ ਜਿਹੜੀ ਵੈਬਸਾਈਟ ਹੈ ਰੇਲਵੇ ਦੀ ਉਹ ਮੈਂ ਮੈਨਸ਼ਨ ਕਰ ਦੂੰਗਾ, ਉੱਥੋਂ ਬੁੱਕ ਕਰ ਸਕਦੇ ਹੋ। ਸਾਨੂੰ ਈ ਟਿਕਟ ਇਸ਼ੂ ਹੋਈ ਹੋਈ ਸੀ ਸਾਰੀ, ਅਸੀਂ ਪ੍ਰਿੰਟ ਕਰਾ ਰਹੇ ਹਾਂ ਇਹਨਾਂ ਨੂੰ ਹੁਣ ਇੱਥੋਂ ਟਿਕਟਾਂ ਨੂੰ ਆਪਣੀਆਂ। ਜਿਵੇਂ ਜਹਾਜ਼ 'ਚ ਹੁੰਦਾ ਕਹਿੰਦੇ ਬੋਰਡਿੰਗ ਪਾਸ, ਉਵੇਂ ਸਾਨੂੰ ਇਹ ਟਿਕਟਸ ਮਿਲਣਗੀਆਂ ਇੱਥੋਂ ਸਾਰੀਆਂ। 6 5 3 ਲੈ ਵੀ ਟਿਕਟ ਪ੍ਰਿੰਟ ਹੁੰਦੀ ਹੈ ਇੱਥੇ। ਜਿਹੜੀਆਂ ਨਾ ਇੱਥੋਂ ਦੀਆਂ ਟ੍ਰੇਨਸ ਨੇਗੀਆਂ, ਆਪਣੇ ਇੰਡੀਆ ਵਾਲਾ ਸਿਸਟਮ ਨਹੀਂ ਹੈਗਾ ਵੀ ਹੌਲੀ ਤੁਰ ਜੂ ਜਾਂ ਲੇਟ ਹੋ ਜੂਗੀ। ਪੂਰਾ ਤੁਸੀਂ ਲਾਓ 1-1 ਮਿੰਟ ਬੋਲ ਰਹੇ ਆ ਇੱਥੇ ਵੀ 1 ਮਿੰਟ ਰਹਿੰਦਾ ਟਾਈਮ ਅਪ ਹੋ ਰਿਹਾ, ਅਸੀਂ ਗੇਟ ਕਲੋਜ਼ ਕਰ ਰਹੇ ਹਾਂ। ਆਹ ਟਿਕਟਾਂ ਦਾ ਇਹੋ ਜਿਹੀ ਟਿਕਟ ਸੀ ਜਿਹੜੀ ਸਾਨੂੰ ਮਿਲੀ ਆ, ਦੇਖੋ ਨਾਇਰੋਬੀ ਤੋਂ ਮੰਬਾਸਾ। ਇਹਦੇ ਲੱਗਿਆ 1000 ਸ਼ਿਲਿੰਗ ਸਾਡੇ, ਆਹ ਬੋਲੀ ਜਾਂਦੇ ਵੀ 1 ਮਿੰਟ ਹੈ ਸਿਰਫ ਅਤੇ ਸਾਰਿਆਂ ਨੂੰ ਇਕੱਠੇ ਨੂੰ ਅੰਦਰ ਭੇਜਣਗੇ। ਐਂਟਰੈਂਸ ਆ ਗਈ ਇੱਥੇ। ਓਕੇ ਓਕੇ ਯਾਰ ਕਮਾਲ ਹੋ ਗਈ, ਖੁਸ਼ੀ ਕਿਤੇ ਵੀ ਨਹੀਂ ਦੇਖਿਆ ਅੱਜ ਤੱਕ ਹੈ ਨਾ। ਮੈਨੂੰ ਲੱਗਦਾ ਟ੍ਰੇਨ ਬਹੁਤ ਜ਼ਿਆਦਾ ਸੋਹਣੀ ਹੋਊ, ਜਿਹੜੇ ਹਿਸਾਬ ਨਾਲ ਟ੍ਰੇਨ ਸਟੇਸ਼ਨ ਸੋਹਣਾ ਯਾਰ ਅਤੇ ਇੰਨੀ ਚੈਕਿੰਗ ਹੋਈ ਆ ਸਾਡੀ ਅਤੇ ਹਾਂ ਇੱਥੇ ਤਾਂ ਐਂ ਲੱਗਦਾ ਵੀ ਕੀ ਨਹੀਂ ਆ ਕਿਆ ਬਾਤ ਹੈ ਯਾਰ। ਵੈਸੇ ਆਪਾਂ ਕੀ ਸੋਚਦੇ ਹੁੰਦੇ ਹਾਂ, ਉਹ ਫਿਰ ਚੈਕਿੰਗ ਆ ਗਈ ਯਾਰ 2-2 ਵਾਰੀ। ਮੰਬਾਸਾ ਤੱਕ ਜਾਣ ਲਈ ਨਾ ਸਭ ਤੋਂ ਸਸਤਾ ਸਾਧਨ ਅਤੇ ਸਭ ਤੋਂ ਈਜ਼ੀ ਵੀ ਟ੍ਰੇਨ ਹੈ, ਤੁਸੀਂ ਵੀ ਇਹੀ ਚੂਜ਼ ਕਰਿਓ। ਇੱਧਰ ਦੀ ਆਏ ਅਸੀਂ ਬਾਹਰਲੇ ਪਾਸਿਓਂ, ਇਹ ਗੇਟ ਕਲੋਜ਼ ਕਰ ਦਿੰਦੇ 10 ਕੁ ਮਿੰਟ ਪਹਿਲਾਂ ਆਹ ਸਾਰਾ ਜਿਹੜਾ ਏਰੀਆ। ਅਤੇ ਤੁਹਾਨੂੰ ਇਹ ਰਿਕੁਐਸਟ ਹੈ ਵੀ ਤੁਸੀਂ ਪਹਿਲਾਂ ਆਇਓ ਜਦੋਂ ਇੱਥੇ ਆਉਂਗੇ, ਐਡਵਾਂਸ 'ਚ ਆਇਓ 1/2 ਘੰਟਾ। ਓ ਵਾਹ ਕਿਆ ਬਾਤ ਹੈ, ਇਹ ਤਾਂ ਏਅਰਪੋਰਟ ਨੂੰ ਵੀ ਮਾਤ ਦਿੰਦਾ ਯਾਰ। ਮੈਨੂੰ ਲੱਗਦਾ ਇੰਨਾ ਸੋਹਣਾ ਤਾਂ ਇਹਨਾਂ ਦਾ ਏਅਰਪੋਰਟ ਨਹੀਂ ਸੀਗਾ ਜਿੰਨਾ ਸੋਹਣਾ ਇਹਨਾਂ ਨੇ ਟ੍ਰੇਨ ਸਟੇਸ਼ਨ ਬਣਾ ਰੱਖੇ। ਜਿੱਦੇ ਖੁਸ਼ੀ ਆਪਾਂ ਉਤਰੇ ਹਾਂ, ਏਅਰਪੋਰਟ ਵੀ ਇੰਨਾ ਸੋਹਣਾ ਨਹੀਂ ਸੀ ਹੈ ਨਾ। ਕਿਆ ਬਾਤ ਹੈ, ਆਹ ਟ੍ਰੇਨ ਖੜੀ ਹੈ, ਇਹ ਟ੍ਰੇਨ 'ਤੇ ਚੜ੍ਹਨਾ ਅਸੀਂ ਜਾ ਕੇ। ਅਤੇ ਮੈਨੂੰ ਐਂ ਲੱਗਦਾ ਯਾਰ ਵੀ ਕਿਸੇ ਹੋਰ ਕੰਟਰੀ ਦੀ ਇਨਵੈਸਟਮੈਂਟ ਹੋਣੀ ਸਾਰੀ ਇਹ, ਅਤੇ ਕੀਨੀਆ ਦੀ ਨਹੀਂ ਹੋ ਸਕਦੀ। ਐਡਾ ਵੱਡਾ ਪ੍ਰੋਜੈਕਟ ਹੈ ਜਿਹੜਾ
ਜਿਵੇਂ ਆਪਣੇ ਮੈਟਰੋ ਬਾਹਰਲੀਆਂ ਕੰਪਨੀਜ਼ ਨੇ ਪਾਈ ਸੀ ਨਾ ਦਿੱਲੀ 'ਚ, ਉਵੇਂ ਇਹਦਾ ਹੋਣਾ ਸਾਰਾ ਪ੍ਰੋਜੈਕਟ। ਅਤੇ ਆਹ ਰੇਲਵੇ ਪਲੇਟਫਾਰਮ, ਇੱਕੋ ਹੀ ਪਲੇਟਫਾਰਮ ਆ ਮੈਨੂੰ ਲੱਗਦਾ ਇਹ। ਅਤੇ ਇੱਧਰਲੇ ਪਾਸੇ ਮਾਲ ਗੱਡੀਆਂ ਖੜੀਆਂ, ਜਿਹੜਾ ਕਾਰਗੋ ਦੀ ਸ਼ਿਪਿੰਗ ਵਗੈਰਾ ਆਉਂਦੀ ਹੈ। ਦਮ ਚੜਿਆ ਪਿਆ ਯਾਰ ਭੱਜ ਭੱਜ। ਅਤੇ ਆਹ ਦੇਖੋ ਇਹ ਨਾਇਰੋਬੀ ਦੇ ਬਿਲਕੁਲ ਬਾਹਰ ਹੈ, ਉਹ ਰਹਿ ਗਿਆ ਥੋੜ੍ਹਾ ਥੋੜ੍ਹਾ ਨਾਇਰੋਬੀ ਸ਼ਹਿਰ, ਜੇ ਤੁਹਾਨੂੰ ਦਿਖਦਾ ਹੋਵੇ। ਹੁਣ ਸਾਡਾ ਟਾਈਮ ਘੱਟ ਹੈ, ਮੈਂ ਹੀ ਤੁਹਾਨੂੰ ਦਿਖਾ ਸਕਦਾ ਸੀਗਾ ਸਟੇਸ਼ਨ, ਅਤੇ ਥੱਲੇ ਚੱਲਦੇ ਹਾਂ ਟ੍ਰੇਨ ਕੋਲ। ਇਹ ਆ ਗਏ ਬਈ ਅਸੀਂ ਬਿਲਕੁਲ ਪਲੇਟਫਾਰਮ 'ਤੇ ਜਿੱਥੋਂ ਸਾਡੀ ਟ੍ਰੇਨ ਨਿਕਲਣੀ ਹੈ। ਇੱਕ ਨੰਬਰ ਪਲੇਟਫਾਰਮ 'ਤੇ ਖੜੀ ਹੈਗੀ। ਹਰ ਟਾਕੀ ਦੇ ਬਾਹਰ, ਹਰ ਡੱਬੇ ਦੇ ਬਾਹਰ ਇੱਕ ਗਾਰਡ ਖੜ੍ਹਾ ਹੈਗਾ, ਮਤਲਬ ਸਕਿਉਰਿਟੀ ਵਾਲਾ ਇਹਨਾਂ ਦਾ, ਜਿਵੇਂ ਆਹ ਖੜ੍ਹੇ ਆ। 4 ਨੰਬਰ ਹੈ ਖੁਸ਼ੀ ਆਪਣਾ। ਅਤੇ ਜਿਵੇਂ ਆਪਣੇ ਭੱਜੀ ਜਾਂਦੇ ਤੇ ਲਮਕ ਜਾਂਦੇ ਆ ਨਾ, ਵੀ ਰਸਤੇ 'ਚ ਲਮਕ ਜੋ ਧੁਰੀ ਜਾਂਦੀ ਤੇ ਭੱਜ ਕੇ ਚੜ੍ਹ ਜਾਓ, ਉਵੇਂ ਦਾ ਇੱਥੇ ਸਿਸਟਮ ਨਹੀਂ। ਇੱਥੇ ਦਾ ਸਿਸਟਮ ਫੋਰਨ ਵਾਲਾ, ਜਿਵੇਂ ਯੂਰਪੀਅਨ ਕੰਟਰੀਜ਼ 'ਚ ਟ੍ਰੇਨ ਚੱਲਦੀ ਹੈ ਨਾ, ਅਤੇ ਉਵੇਂ ਦਾ ਸਿਸਟਮ ਹੈਗਾ ਸਾਰਾ। ਦਰਵਾਜ਼ੇ ਮੈਨੂੰ ਲੱਗਦਾ ਇਕੱਠੇ ਬੰਦ ਕਰਨਗੇ ਤਾਂ ਹੀ ਆਵਾਜ਼ਾਂ ਮਾਰੀ ਜਾਂਦੇ ਆ। ਫਰਾਂਸ ਵਗੈਰਾ 'ਚ ਜਾਂ ਹੋਰ ਯੂਰਪ 'ਚ ਦੇਖਿਆ ਸੀਗਾ ਵੀ ਐਵੇਂ ਦੀਆਂ ਟ੍ਰੇਨ ਚੱਲਦੀ। ਦਿਸ ਇਜ਼ ਵਨ ਯਾ ਸਾਡਾ ਬਈ ਡੱਬਾ। ਥੈਂਕ ਯੂ ਯਾ ਥੈਂਕ ਯੂ ਲੈਬ ਓ ਵਾਹ। ਇਹ ਫੂਡ ਦਾ ਵੀ ਹੈ ਬਈ, ਵਿੱਚ ਫੂਡ ਆਊਗਾ। ਬਾਕੀ ਸਫ਼ਰ ਕਿਵੇਂ ਦਾ ਰਹੂਗਾ ਤੁਹਾਨੂੰ ਦਿਖਾਵਾਂਗੇ। ਮੈਨੂੰ ਲੱਗਦਾ ਫੁੱਲੀ ਏ ਸੀ ਟ੍ਰੇਨ ਆ ਸਾਰੀ। ਇੱਥੇ ਨਾ ਫਸਟ ਕਲਾਸ ਦੀ ਟਿਕਟ ਵੀ ਮਿਲ ਜਾਂਦੀ ਹੈ, ਬਟ ਅਸੀਂ ਇੱਕ ਦਿਨ ਪਹਿਲਾਂ ਹੀ ਇਹ ਬੁੱਕ ਕੀਤੀ ਸੀ ਤਾਂ ਕਰਕੇ ਸਾਨੂੰ ਮਿਲੀ ਨਹੀਂ। ਤੁਸੀਂ ਫਸਟ ਕਲਾਸ 'ਚ ਵੀ ਟਰੈਵਲ ਕਰ ਸਕਦੇ ਹੋ। ਜਿਹੜੇ ਨੇ ਇੱਥੇ ਕੋਚਿਸ ਦੇ ਵਿੱਚ ਵਾਸ਼ਰੂਮ ਵਗੈਰਾ ਬਣੇ ਹੋਏ, ਦੇਖੋ ਇਹੋ ਜਿਹੇ ਹੈਂਡ ਵਾਸ਼ ਕਰਨ ਲਈ, ਸਾਫ਼ ਸੁਥਰਾ ਸਾਰਾ ਕੁਛ। ਕੀਨੀਆ ਦੀ ਟ੍ਰੇਨ ਨੇ ਨਾ ਦਿਲ ਜਿੱਤ ਲਿਆ ਸੱਚੀ। ਆਹ ਦੇਖੋ ਡੋਰ ਬੰਦ ਹੋ ਗਏ ਅਤੇ ਟ੍ਰੇਨ ਸਾਡੀ ਨਿਕਲ ਵੀ ਟ੍ਰੇਨ ਸਟੇਸ਼ਨ ਤੋਂ ਇੱਥੇ। ਬਾਕੀ ਇੰਡੀਆ ਵਾਂਗੂ ਨਹੀਂ ਹੈਗਾ ਵੀ ਮੈਂ ਬਾਰੀ 'ਚ ਖੜ੍ਹਾ ਤੁਹਾਨੂੰ ਦਿਖਾਈ ਜਾਊਂਗਾ ਵੀ ਐਵੇਂ ਦੀਆਂ ਟ੍ਰੇਨਸ ਐਵੇਂ ਚੱਲਦੇ। ਆਹ ਸਟੇਸ਼ਨ ਆ ਗਿਆ, ਫਾਈਨਲੀ ਸਾਨੂੰ ਸਾਡੀ ਸੀਟ ਮਿਲ ਗਈ। ਮਿਲਗੀ ਵੀ ਬਾਕੀ ਟਰੈਵਲਰਾਂ ਕੋਲ ਹੈ, ਇੱਥੇ ਹੈ। ਸਫਾਈ ਨਾ ਟ੍ਰੇਨ ਜਿੱਥੇ ਨਾਲ ਦੀ ਨਾਲ ਚੱਲਦੀ ਹੈ ਸਾਰੀ, ਅਤੇ ਕੋਈ ਬੰਦਾ ਡਸਟਬਿਨ ਵਗੈਰਾ ਲੱਗੇ ਹੋਏ ਥੱਲੇ ਨਹੀਂ ਸੁੱਟਦਾ ਕੁਛ ਵੀ। ਸਪੀਡ 'ਤੇ ਜਾ ਰਹੀ ਹੈ, ਸਪੀਡ ਅਜੇ ਚੈੱਕ ਕਰਨੇ ਆਪਾਂ ਵੀ ਕਿੰਨੀ ਕੁ ਫਾਸਟ ਜਾਊਗੀ। ਪੀਸਫੁੱਲ, ਅੰਦਰ ਆਵਾਜ਼ ਸ਼ੋਰ ਸ਼ਰਾਬੇ ਵੀ ਨਹੀਂ ਆਉਂਦਾ ਹੈਗਾ। ਜਿਹੜੇ ਇੱਥੇ ਸਮਾਨ ਸੇਲ ਕਰਨ ਵਾਲੇ ਆਉਂਦੇ ਨਾ, ਉਹ ਐਂ ਆਉਂਦੇ ਆ ਜਿਵੇਂ ਜਹਾਜ਼ 'ਚ ਏਅਰ ਹੋਸਟਸ ਨਹੀਂ ਹੁੰਦੇ, ਅਤੇ ਉਸ ਤਰੀਕੇ ਨਾਲ ਟੀ ਯਾ 1 ਕੱਪ। ਅਸੀਂ ਨਾ ਟੀ ਨਾਲ ਗੱਲ ਕਰਦੇ ਹਾਂ ਵੀ ਫਸਟ ਕਲਾਸ ਹੈ ਜਿਹੜੀ ਸੀਟ ਆ ਉਹਦੇ 'ਚ ਅਸੀਂ ਬਹਿ ਕੇ ਜਾ ਸਕਦੇ ਹਾਂ, ਥੋੜ੍ਹਾ ਜਿਹਾ ਟਾਈਮ ਐਕਸਪੀਰੀਅੰਸ ਕਰ ਲਈਏ। ਸਾਨੂੰ ਸੀਟਾਂ ਤਾਂ ਮਿਲੀ ਨਹੀਂ ਹੈਗੀਆਂ, ਸੀਟਾਂ ਖਾਲੀ ਪਈਆਂ ਵੈਸੇ, ਇਹ ਪਤਾ ਨਹੀਂ ਸਾਨੂੰ ਕਦੋਂ। ਅਤੇ ਇਹੋ ਜਿਹੀ ਟੀ ਇੱਥੇ ਇਹ ਟ੍ਰੇਨ ਦੇ, ਅਤੇ ਦੇਖਦੇ ਹਾਂ ਸਾਨੂੰ ਬੈਠਣ ਲੈਣਗੇ ਜਾਂ ਨਹੀਂ। ਕੀਨੀਆ ਦੀਆਂ ਜਿਹੜੀਆਂ ਟ੍ਰੇਨਸ ਹੈ ਨਾ, ਬਹੁਤ ਜ਼ਿਆਦਾ ਸਾਫ਼ ਸੁਥਰੀਆਂ, ਅਤੇ ਆਪਣੇ ਇੰਡੀਆ ਵਰਗਾ ਕੰਮ ਨਹੀਂ ਹੈਗਾ। ਮੈਂ ਇੱਥੇ ਕੋਈ ਇੰਡੀਆ ਨੂੰ ਮਾੜਾ ਨਹੀਂ ਕਹਿ ਰਿਹਾ ਵੀ ਇੰਡੀਆ ਮਾੜਾ ਦੇਸ਼ ਹੈ, ਫਿਰ ਕਈ ਕਹਿਣ ਲੱਗ ਜਾਂਦੇ ਆ ਵੀ ਤੁਹਾਨੂੰ ਆਪਦਾ ਦੇਸ਼ ਨਿੰਦਣਾ ਹੀ ਹੁੰਦਾ। ਅਸਲ 'ਚ ਨਾ ਜਿੱਥੇ ਜਿਹੜੀ ਚੀਜ਼ ਜ਼ਿਆਦਾ ਵਧੀਆ ਹੋਵੇ ਉਹਨੂੰ ਮਤਲਬ ਉਹਦੀ ਸਿਫਤ ਵੀ ਕਰਨੀ ਜ਼ਰੂਰੀ ਹੁੰਦੀ ਹੈ ਨਾ। ਆਪਣੇ ਇੰਡੀਆ 'ਚ ਦੇਖ ਲਓ ਸਿਸਟਮ ਮਤਲਬ ਇੰਨਾ ਗੰਦਾ ਹੈਗਾ, ਮਤਲਬ ਜਾਂ ਤਾਂ ਸਰਕਾਰ ਦਾ ਕਹਿ ਲਓ ਜਾਂ ਧਿਆਨ ਨਹੀਂ ਦਿੰਦੇ। ਇੱਥੇ ਕੰਮ ਇੰਨਾ ਸਟ੍ਰਿਕਟ ਹੈ, ਹਰ ਡੱਬੇ ਦੇ ਵਿੱਚ ਦੋ ਦੋ ਤਾਂ ਮਤਲਬ ਇਹਨਾਂ ਦੇ ਆਰਮੀ ਦੇ ਬੰਦੇ ਆ, ਅਤੇ ਤਿੰਨ ਤਿੰਨ ਬੰਦੇ ਸਫਾਈ ਵਾਲੇ ਆ। ਇੱਕ ਡੱਬੇ ਦੀ ਗੱਲ ਕਰ ਰਿਹਾ ਮੈਂ, ਅਤੇ ਕਿਤੇ ਵੀ ਤੁਹਾਨੂੰ ਗੰਦ ਨਹੀਂ ਮਿਲੂਗਾ ਟ੍ਰੇਨ 'ਚ। ਜਦੋਂ ਤੁਸੀਂ ਕੀਨੀਆ ਆਉਂਗੇ ਇੱਥੋਂ ਦੀ ਟ੍ਰੇਨ 'ਚ ਜ਼ਰੂਰ ਚੜਿਓ ਅਤੇ ਸਫ਼ਰ ਜ਼ਰੂਰ ਕਰਿਓ, ਤੁਹਾਡੇ ਲਈ ਇੱਕ ਮਤਲਬ ਮੈਮਰੀਏਬਲ ਹੋਊਗਾ ਜੀ। ਇਹ ਦੇਖੋ ਬਾਹਰ ਦਾ ਲੈਂਡਸਕੇਪ ਕਿੰਨਾ ਸੋਹਣਾ, ਜਦੋਂ ਰਾਜਧਾਨੀ ਤੋਂ ਬਾਹਰ ਨਿਕਲ ਜਾਂਦੇ ਹਾਂ ਨਾ, ਅਤੇ ਬਹੁਤ ਸੋਹਣਾ ਲੈਂਡਸਕੇਪ ਹੈ। ਅਤੇ ਬਾਹਰ ਦਾ ਜਿਹੜਾ ਟੈਂਪਰੇਚਰ ਆ ਉਹ ਵੀ 33-34 ਡਿਗਰੀ ਹੋ ਗਿਆ ਹੁਣ। ਮੰਬਾਸਾ ਕਿਉਂਕਿ ਸਮੁੰਦਰ ਕਿਨਾਰੇ, ਉੱਥੇ ਗਰਮੀ ਪੈਂਦੀ ਹੋਣੀ। ਅਤੇ ਮੇਰਾ ਜੀ ਕਰਦਾ ਯਾਰ ਜੇ ਟਾਕੀ ਖੁੱਲ੍ਹਦੀ ਹੋਵੇ ਨਾ, ਕਾਸ਼ ਤੁਹਾਨੂੰ ਬਾਹਰੋਂ ਦਿਖਾ ਸਕਦਾ, ਪਰ ਇੱਥੇ ਸਾਰਾ ਕੁਛ ਫਿਕਸ ਹੈ। ਇੱਥੇ ਆਪਣੇ ਵਾਲੇ ਕੰਮ ਨਹੀਂ, ਟਾਕੀਆਂ ਨਹੀਂ ਇੱਥੇ ਖੁੱਲ੍ਹਦੀਆਂ, ਇਹ ਬੰਦ ਹੀ ਰਹਿੰਦੀ। ਜਦੋਂ ਕੋਈ ਸਟੇਸ਼ਨ ਆਉਂਦਾ ਉਦੋਂ ਆਫਿਸਰ ਓਪਨ ਕਰਦਾ ਇਹਨੂੰ। ਜਿਹੜੀ ਨਾ ਫਸਟ ਕਲਾਸ ਹੁੰਦੀ ਆ ਉਹ ਕੱਚੀ ਉਹ ਜੀ ਹੁੰਦੀ ਹੈ, ਇਹਦੀ ਸੀਟ ਲੈਣੀ ਸੀ ਅਸੀਂ, ਇਹਦੀ ਸਾਨੂੰ ਸੀਟ ਨਹੀਂ ਮਿਲੀ। ਦੇਖੋ ਕੀਨੀਆ ਦੇ ਐਂ ਸਰਵ ਕਰਦੇ ਆ ਟੀ, ਐਪਲ ਜੂਸ ਮਿਲੇ ਆ ਨਾਲ ਕੰਪਲੀਮੈਂਟ। ਇੱਥੇ ਲੱਗਦਾ ਵੀ ਟ੍ਰੇਨ 'ਚ ਇਹੋ ਜਿਹਾ ਸਮਾਨ ਜਹਾਜ਼ਾਂ 'ਚ ਮਿਲਦਾ ਹੁੰਦਾ ਸਾਰਾ ਸਮਾਨ ਯਾਰ।
ਕੀਨੀਆ 'ਚ ਨਾ ਮੰਬਾਸੀ ਵਾਲੀ ਸਾਈਡ ਜਦੋਂ ਜਾਓਗੇ ਮਤਲਬ ਈਸਟ ਸਾਈਡ ਨੂੰ ਤੁਸੀਂ ਜ਼ਿਆਦਾਤਰ ਡਰਾਈ ਜਿਹਾ ਏਰੀਆ ਅਤੇ ਤੁਹਾਨੂੰ ਮਤਲਬ ਡੈਜ਼ਰਟ ਹੀ ਡੈਜ਼ਰਟ ਦੇਖਣ ਨੂੰ ਮਿਲੂਗਾ। ਜਿਹਦੇ ਕੋਲ ਨਾ ਇੱਥੇ ਲਗੇਜ ਜ਼ਿਆਦਾ ਹੁੰਦਾ ਅਤੇ ਉਹਨੂੰ ਰੱਖਣ ਦੇ ਲਈ ਅਲੱਗ ਇੱਥੇ ਬੋਕਸਿਸ ਬਣੇ ਹੋਏ ਆ ਅਤੇ ਐਂ ਨਹੀਂ ਹੈਗਾ ਵੀ ਪੈਰ ਮਿੱਧੇ ਫਿਰੋ ਲੋਕਾਂ ਦੇ ਪੂਰੀ ਟ੍ਰੇਨ 'ਚ ਭਜਾਈ ਫਿਰੋ। ਐਂ ਹਰ ਬੋਕਸ ਦੇ ਜਿਵੇਂ ਇੱਧਰਲੇ ਪਾਸੇ ਬੋਕਸ ਹੈ, ਬੋਕਸ ਦੇ ਬਾਹਰਲੇ ਪਾਸੇ ਇਹ ਦੇਖੋ ਆ ਸਾਫ਼ ਸਫਾਈ ਵਾਲੇ ਕੂੜਾ ਚੱਕਦੇ ਫਿਰਦੇ ਆ ਸਾਰੇ ਇਹ। ਟ੍ਰੇਨ 'ਚ ਤੁਹਾਨੂੰ ਕਿਤੇ ਦਿਖ ਰਿਹਾ ਕੁਛ ਵੀ ਮਾੜਾ ਮੋਟਾ ਵੀ ਕੁਛ ਦੇਖਦਾ ਕੋਈ? 200-250 ਕਿਲੋਮੀਟਰ ਡਰਾਈ ਏਰੀਆ ਆਉਣ ਤੋਂ ਬਾਅਦ ਫਾਈਨਲੀ ਗ੍ਰੀਨਰੀ ਅਤੇ ਪਹਾੜ ਦਿਖਣੇ ਸਾਨੂੰ ਸ਼ੁਰੂ ਹੋ ਗਏ ਅਤੇ ਅਸੀਂ ਸਮੁੰਦਰ ਦੇ ਕਿਨਾਰੇ ਪਹੁੰਚਣ ਵਾਲੇ ਹਾਂ ਅਤੇ ਮੰਬਾਸਾ ਆਉਣ ਵਾਲਾ ਹੈਗਾ। ਮੰਬਾਸਾ ਜਿਹੜਾ ਉਹ ਹਰਿਆ ਭਰਿਆ, ਇੱਧਰਲੇ ਪਾਸੇ ਮਤਲਬ ਖੇਤੀ ਵਗੈਰਾ ਵੀ ਹੁੰਦੀ ਹੈ। ਲਓ ਬਈ ਪਹੁੰਚ ਗਏ ਆਪਾਂ। ਰਸਤੇ 'ਚ ਤੁਹਾਨੂੰ ਕੁਛ ਜ਼ਿਆਦਾ ਦਿਖਾ ਨਹੀਂ ਸਕੇ ਕਿਉਂਕਿ ਇਹਨਾਂ ਨੇ ਬਾਹਰ ਨਿਕਲ ਹੀ ਨਹੀਂ ਦਿੱਤਾ। ਇਹ ਹੈ ਮੰਬਾਸਾ। ਮੰਬਾਸਾ 500 ਕਿਲੋਮੀਟਰ ਪੈਂਦਾ ਨਾਇਰੋਬੀ ਤੋਂ। ਬਹੁਤ ਵੱਡਾ ਸ਼ਹਿਰ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਅਫਰੀਕਾ ਦਾ ਇਹ, ਅਤੇ ਬਹੁਤ ਹੀ ਫੇਮਸ ਹੈ, ਸਮੁੰਦਰ ਕਿਨਾਰੇ ਵਸਿਆ ਹੋਇਆ। ਇਹਦਾ ਵਲੌਗ ਤੁਹਾਨੂੰ ਅਗਲੇ ਮਤਲਬ ਉਹਦੇ 'ਚ ਐਪੀਸੋਡ 'ਚ ਦੇਖਣ ਨੂੰ ਮਿਲੂਗਾ। ਬਹੁਤ ਸਾਰੇ ਲੋਕ ਇੱਥੇ ਘੁੰਮਣ ਫਿਰਨ ਆਉਂਦੇ ਆ ਮੰਬਾਸੇ ਕਿਉਂਕਿ ਮਤਲਬ ਸਮੁੰਦਰ ਕਰਕੇ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੋ ਜਾਂਦਾ। ਬੀਚ ਇਕੱਲੀ ਇੱਥੇ ਮੇਨਲੀ ਇੱਥੇ ਲੱਗਦੀ ਹੈ ਮੰਬਾਸੇ 'ਚ। ਅਫਰੀਕਾ ਦਾ ਨਾ ਯਾਰ ਸਾਡਾ ਪਹਿਲਾ ਦੇਸ਼ ਹੈ ਅਤੇ ਪਹਿਲੇ ਦੇਸ਼ ਦੀ ਜਿਹੜਾ ਰੇਲ ਦਾ ਐਕਸਪੀਰੀਅੰਸ ਹੈ ਇੰਨਾ ਕੁ ਜ਼ਿਆਦਾ ਸੋਹਣਾ ਰਿਹਾ ਨਾ, ਬਾ ਪੁੱਛੋ ਨਾ। ਮਤਲਬ ਮੈਨੂੰ ਤਾਂ ਇਹ ਲੱਗਦਾ ਵੀ ਸਾਰੇ ਅਫਰੀਕਾ 'ਚ ਹੀ ਰੇਲ ਜਿਹੜਾ ਸਿਸਟਮ ਆ ਹੋਇਆ ਜਾ ਹੋਵੇ ਕੀਨੀਆ ਨਾਲ ਦਾ। ਅਤੇ ਐਂ ਲੱਗਦਾ ਜਿਹੜੀਆਂ ਆਪਣੇ ਹੁਣ ਨਵੀਆਂ ਟ੍ਰੇਨਾਂ ਚੱਲੀਆਂ ਨਾ, ਜਿੰਨੀਆਂ ਵੀ ਹੁਣ ਰਾਜਧਾਨੀ ਤੋਂ ਉੱਪਰ ਜਿਹੜੀ ਆਈ ਹੈਗੀ ਹੈ ਨਾ, ਅਤੇ ਉਹੀਆਂ ਹੀ ਟ੍ਰੇਨਸ ਦਾ ਸਿਸਟਮ ਇਹੋ ਜਿਹਾ ਹੋਊਗਾ ਜਿਹੜੀਆਂ ਇੰਡੀਆ 'ਚ ਹੁਣ ਚੱਲ ਰਹੀਆਂ। ਇਹਨਾਂ ਨੇ ਪਤਾ ਨਹੀਂ ਕਿਵੇਂ ਸਾਫ਼ ਸੁਥਰਾ ਇੰਨਾ ਰੱਖਿਆ ਹੋਇਆ ਸਾਰਾ। ਤੁਸੀਂ ਟ੍ਰੇਨ ਸਟੇਸ਼ਨ ਦੇਖੋ ਕਿੱਡੇ ਕਿੱਡੇ ਤਕੜੇ ਬਣਾਏ ਹੋਏ ਆ। ਏਅਰਪੋਰਟ ਨਾਲ ਦਾ ਕੰਮ ਆ ਸਾਰਾ, ਟ੍ਰੇਨ ਸਟੇਸ਼ਨ ਹੈਗਾ ਸਾਰਾ ਜਨ। ਮੰਬਾਸੇ 'ਚ ਪਹਾੜ ਹੈ ਥੋੜ੍ਹੇ ਥੋੜ੍ਹੇ, ਅਤੇ ਨਾਇਰੋਬੀ ਦੇ ਵਿੱਚ ਵੀ ਸੀ ਪਰ ਇੱਥੇ ਜ਼ਿਆਦਾ, ਨਾਇਰੋਬੀ ਦੇ ਆਲੇ ਦੁਆਲੇ ਸੀਗੇ। ਗਰਮੀ ਇੱਥੇ ਥੋੜ੍ਹੀ ਜ਼ਿਆਦਾ ਹੈ ਸਮੁੰਦਰ ਕਰਕੇ, ਓਬੀਅਸਲੀ ਗੱਲ ਹੈ ਵੀ ਸਮੁੰਦਰ ਹੋਣ ਕਿਨਾਰਾ ਹੋਣ ਕਰਕੇ ਹੁੰਮਸ ਰਹਿੰਦੀ ਹੈ ਥੋੜ੍ਹੀ ਜਿਹੀ। ਉੱਥੇ ਸਵੇਰੇ ਸ਼ਾਮ ਠੰਡ ਰਹਿੰਦੀ ਸੀ, ਇੱਥੇ ਪਤਾ ਨਹੀਂ ਮੌਸਮ ਕਿਵੇਂ ਦਾ ਹੋਊਗਾ। ਅਸੀਂ ਵੈਸੇ 2 ਦਿਨ ਅਗਲੇ ਇੱਥੇ ਸਪੈਂਡ ਕਰਨੇ ਆ। 2 ਦਿਨਾਂ ਬਾਅਦ ਅਸੀਂ ਵਾਪਸ ਫਿਰ ਜਾਣਾ ਹੈਗਾ ਨਾਇਰੋਬੀ, ਫਿਰ ਅਸੀਂ ਕਿਸੇ ਅਲੱਗ ਕੰਟਰੀ ਦੇ, ਇੱਕ ਹੋਰ ਕੰਟਰੀ, ਅਗਲਾ ਕੰਟਰੀ ਅਫਰੀਕਾ ਦਾ ਬਸ, ਕਿਉਂਕਿ ਬਹੁਤ ਟਾਈਮ ਹੋ ਗਿਆ ਇੱਥੇ ਸਾਨੂੰ, 20 ਦਿਨ ਹੋ ਗਏ ਲਗਭਗ ਆਏ ਨੂੰ। ਅਤੇ ਫਿਰ ਯੁਗਾਂਡਾ ਜਾਵਾਂਗੇ, ਯੁਗਾਂਡਾ ਨੂੰ ਐਕਸਪਲੋਰ ਕਰਾਂਗੇ, ਫਿਰ ਵਾਂਡਾ ਜਾਵਾਂਗੇ। ਅਫਰੀਕਾ ਦੀ ਸੀਰੀਜ਼ ਚੱਲਦੀ ਰਹੂਗੀ, ਤੁਹਾਡੇ ਕੋਲ ਵਲੌਗਸ ਪਹੁੰਚਦੇ ਰਹਿਣਗੇ। ਫੋਰਨਰ ਕਿੰਨੇ ਆਏ ਹੋਏ ਆ ਨਾ, ਆਪਾਂ ਵੈਸੇ ਤਾਂ ਆਪਾਂ ਵੀ ਫੋਰਨਰ ਹੀ ਹਾਂ ਗੋਰੇ, ਪਰ ਬਹੁਤ ਜ਼ਿਆਦਾ ਹੋਏ। ਮੈਨੂੰ ਲੱਗਦਾ ਜ਼ਿਆਦਾ ਇਹ ਸ਼ਹਿਰ ਬਹੁਤ ਸੋਹਣਾ ਬਾਈ, ਕਿਉਂਕਿ ਹਾਂ ਨਾਇਰੋਬੀ 'ਚ ਤਾਂ ਸਾਨੂੰ, ਨਾਇਰੋਬੀ 'ਚ ਵੀ ਮਿਲਦੇ ਰਹੇ ਆ ਪਰ ਜਿਹੜਾ ਇਲਾਕਾ ਪਹਿਲਾਂ ਅਸੀਂ ਘੁੰਮੇ ਸੀ ਉਹ 'ਚ ਘੱਟ ਮਿਲੇ ਆ, ਤਾਂ ਉਦੋਂ ਬਾਅਦ ਮਸਾਈ ਮਾਰਾ ਵਗੈਰਾ ਸਾਰੇ ਮਿਲਦੇ ਰਹੇ ਆ, ਪਰ ਇੱਥੇ ਕੁਛ ਜ਼ਿਆਦਾ ਹੀ ਆ। ਤੁਹਾਨੂੰ ਨਾ ਮੈਂ ਇੱਕ ਹੋਰ ਇਨਫੋਰਮੇਸ਼ਨ ਦੇ ਦਾਂ, ਅਤੇ ਜਿਹੜੇ ਇਹਨਾਂ ਦੇ ਵਾਲ ਹੁੰਦੇ ਆ ਸਾਰੇ ਅਸਲੀ ਨਹੀਂ ਹੁੰਦੇ, ਇਹ ਡੁਪਲੀਕੇਟ ਹੁੰਦੇ ਆ। ਪਹਿਲਾਂ ਮੈਨੂੰ ਐਂ ਹੁੰਦਾ ਸੀ ਵੀ ਕਿਤੇ ਅਸਲੀ ਨੇ, ਜਿਹੜੇ ਇਹਨਾਂ ਦੇ ਅਸਲੀ ਆ ਉਹ ਤਾਂ ਮਤਲਬ ਜਿਵੇਂ ਨਿਆਣੇ ਦੇ ਆ ਨਾ ਜਵਾਕ ਕੋਲ ਜਾਂਦਾ, ਐਂ ਹੁੰਦੇ ਆ ਬਸ ਗੰਜੇ ਜੇ, ਅਤੇ ਬਾਕੀ ਸਾਰੀ ਐਕਸਟੈਂਸ਼ਨ ਲਾਈ ਹੁੰਦੀ ਹੈ। ਕਿਸੇ ਵੀ ਤੁਸੀਂ ਦੇਖ ਲਓ ਜਿਹਦੇ ਮਰਜ਼ੀ A to Z, ਕਿ ਇੱਕ ਬੰਦੇ ਦੇ ਵੀ ਵਾਲ ਨਹੀਂ ਹੋਣਗੇ ਇੱਥੇ। ਹੁਣ ਅਸੀਂ ਸਟੇਸ਼ਨ ਤੋਂ ਬਾਹਰ ਨਿਕਲਣਾ ਅਤੇ ਦੇਖਦੇ ਹਾਂ ਯਾਰ, ਅਸੀਂ ਸ਼ਾਇਦ ਗੁਰਦੁਆਰਾ ਸਾਹਿਬ ਜਾਵਾਂਗੇ ਇੱਥੇ। ਅਤੇ ਹੋਟਲ ਮੈਂ ਕੋਈ ਬੁੱਕ ਕੀਤਾ ਨਹੀਂ ਸੀ ਕਿਉਂਕਿ 2 ਦਿਨ ਹੀ ਰਹਿਣਾ ਹੈਗਾ, 2 ਦਿਨ ਵੀ ਡੇਢ ਕੁ ਦਿਨ ਰਹਿਣਾ, ਉਦੋਂ ਬਾਅਦ 'ਚ ਅਸੀਂ ਕਿਤੇ ਹੋਰ ਜਾਣਾ। ਸਟੇਸ਼ਨ ਤੋਂ ਬਾਹਰ ਨਿਕਲ ਕੇ ਅਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰਨ ਦੀ ਸੋਚ ਰਹੇ ਹਾਂ ਕਿ ਅਸੀਂ ਅੱਜ ਟੈਕਸੀ ਵਗੈਰਾ ਨਾ ਹਾਇਰ ਕਰਕੇ ਜਾਈਏ, ਕਿਉਂਕਿ ਗੁਰਦੁਆਰਾ ਸਾਹਿਬ ਇੱਥੋਂ 18-19 ਕਿਲੋਮੀਟਰ ਹੈ। ਅਤੇ ਫਿਰ ਲੋਕਲ ਵੈਸੇ ਪਬਲਿਕ ਬੱਸ ਜਾਂਦੀ ਹੋਊਗੀ, ਪਬਲਿਕ ਬੱਸ 'ਤੇ ਜਾਵਾਂਗੇ। ਅਤੇ ਬਾਕੀ ਪੁੱਛਣਾ ਪੈਣਾ ਇੱਥੇ ਕਿਸੇ ਨੂੰ, ਪਤਾ ਹੈ ਨਹੀਂ ਕਿਉਂਕਿ ਸ਼ਹਿਰ ਦੇ ਬਾਹਰ ਬਾਹਰ ਬਣਿਆ ਹੋਇਆ ਹੈਗਾ ਇਹ। ਉਹ ਟਰੱਕ 'ਚ ਕਿਵੇਂ ਲੱਦੀ ਜਾਂਦੇ ਹੋ? ਦੇਖੋ ਬਾਹਰਲੇ ਪਾਸਿਓਂ ਸਟੇਸ਼ਨ ਇਹੋ ਜਿਹਾ, ਸਕਿਉਰਿਟੀ ਬਹੁਤ ਜ਼ਿਆਦਾ ਰਹਿੰਦੀ ਹੈ ਯਾਰ। ਤਾਂ ਹੀ ਮੈਂ ਨਾ ਸ਼ੁਰੂ 'ਚ ਵਲੌਗ ਦੇ ਜਦੋਂ ਉੱਥੋਂ ਚੜ੍ਹੇ ਸੀ ਅਸੀਂ ਨਾਇਰੋਬੀ ਤੋਂ, ਉਦੋਂ ਮੈਂ ਬੋਲਿਆ ਸੀਗਾ ਵੀ ਕਿਸੇ 3rd ਕੰਟਰੀ ਦੀ ਮੈਨੂੰ ਇਨਵੈਸਟਮੈਂਟ ਉਹ ਲੱਗਦੀ ਹੈ ਹੈ ਨਾ, ਜਿਹਦੇ ਕਰਕੇ ਇੰਨਾ ਮਤਲਬ ਸਕਿਓਰ ਅਤੇ ਉਹ ਰੱਖਿਆ ਹੋਇਆ। ਨਹੀਂ ਆਪਣੇ ਏਅਰਪੋਰਟਸ 'ਤੇ ਵੀ ਇੰਨੀ ਮਤਲਬ ਹੁੰਦੀ ਨਹੀਂ, ਜਿਹੜੇ ਡੋਮੈਸਟਿਕ ਹੁੰਦੇ ਉਹਨਾਂ 'ਤੇ ਵੀ ਨਹੀਂ ਇੰਨੀ ਸਕਿਉਰਿਟੀ ਹੁੰਦੀ, ਇੱਥੇ ਰੇਲਵੇ ਸਟੇਸ਼ਨ 'ਤੇ ਇੰਨੀ ਸਕਿਉਰਿਟੀ ਦੇ ਰੱਖੀ ਹੈ ਨਾ। ਜਿਹੜੀ ਇੱਥੇ ਰੇਲਵੇ ਨੇ ਉਹਨੂੰ SGR ਬੋਲਦੇ ਆ, ਜਿਵੇਂ ਆਪਾਂ ਟ੍ਰੇਨ ਕਹਿੰਦੇ ਨੇ ਇੱਥੇ ਟ੍ਰੇਨ ਨਹੀਂ ਕਹਿੰਦੇ, SGR ਕਹਿੰਦੇ। ਜਦੋਂ ਤੁਸੀਂ ਬੁਕਿੰਗ ਕਰਨੀ ਹੋ ਅਤੇ ਜਾਂ ਤਾਂ ਕੀ ਨਹੀਂ SGR ਬੁਕਿੰਗ ਐਵੇਂ ਪਾ ਲਿਓ, ਭਾਵੇਂ ਰੇਲਵੇ ਬੁਕਿੰਗ ਪਾ ਲਿਓ, SGR ਦੀ ਓਫੀਸ਼ੀਅਲ ਵੈਬਸਾਈਟ ਆਊਗੀ ਇੱਕ, ਅਤੇ ਖੈਰ ਮੈਂ ਮੈਨਸ਼ਨ ਕਰ ਦਿੰਦਾ ਇੱਥੇ, ਉਹਦੇ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰ ਸਕਦੇ ਹੋ। ਜੇ ਫਸਟ ਕਲਾਸ ਕਰਨੀ ਹੈ ਤਾਂ ਘੱਟੋ ਘੱਟ 10-15 ਦਿਨ 2 ਵੀਕਸ ਪਹਿਲਾਂ ਕਰਿਓ। ਜੇ ਜਿਵੇਂ ਅਸੀਂ ਆਏ ਹਾਂ ਜਿਹੜੇ 'ਚ ਕੋਈ ਜ਼ਿਆਦਾ ਫਰਕ ਤਾਂ ਨਹੀਂ, ਸਾਰਾ ਸਿਟਿੰਗ ਹੀ ਹੈ। ਜੇ ਉਹ ਕਰਨੀ ਹੈਗੀ ਤਾਂ ਤੁਸੀਂ ਉਹ ਐਟ ਦੀ ਮੂਮੈਂਟ ਜਾਂ 1 ਦਿਨ ਪਹਿਲਾਂ ਮੰਨ ਲਓ ਕਰ ਸਕਦੇ ਹੋ।
ਆ ਦੇਖੋ ਕਿੰਨੇ ਬੰਦੇ ਆਏ ਆ ਦਿਨ ਚ ਦੋ ਤਿੰਨ ਟ੍ਰੇਨਾਂ ਹੀ ਆਉਂਦੀਆਂ ਇੱਥੇ ਤੱਕ 6 ਘੰਟੇ ਲੱਗੇ ਆ ਸਾਨੂੰ ਪੂਰੇ ਇੱਥੇ ਆਉਣ ਨੂੰ ਤੇ ਆ ਟਰਮੀਨਸ ਦਾ ਬਾਹਰਲਾ ਪਾਸੇ ਮੰਬਾਸੇ ਦਾ ਤੇ ਅਸੀਂ ਨਾਇਰੋਬੀ ਚ ਸੀਗਾ ਐਡਾ ਵੱਡਾ ਹੀ ਧੁੱਪ ਨਾ ਯਾਰ ਬਹੁਤ ਜ਼ਿਆਦਾ ਤਿੱਖੀ ਆ ਇੱਥੇ ਇੰਨੀ ਕੁ ਧੁੱਪ ਪੈ ਰਹੀ ਹੈ ਮਤਲਬ ਜਿਵੇਂ ਜਿਹਨੂੰ ਚਮੜੀ ਫੂਕਣ ਵਾਲੀ ਕਹਿੰਦੇ ਹੁੰਦੇ ਆ ਹਾਂ ਝਾਕਿਆ ਵੀ ਨਹੀਂ ਜਾਂਦਾ ਹੈਗਾ ਸਟੇਸ਼ਨ ਦੇ ਬਾਹਰ ਆ ਇੱਥੇ ਬੰਦੇ ਐਂ ਆਵਾਜ਼ਾਂ ਮਾਰਦੇ ਹੁੰਦੇ ਆ ਤੁਹਾਨੂੰ ਐਂ ਮਿਲਣਗੇ ਦੇਖੋ ਬੋਰਡ ਚੱਕੀ ਖੜੇ ਆ ਸਾਡੇ ਨਾਲ ਦਾ ਬੋਰਡ ਹੈਗਾ ਕਿਸੇ ਕੋਲੇ ਕਿ ਨਾ ਸਾਨੂੰ ਲੈ ਕੇ ਜਾਊਗੇ ਜਾਂ ਇਕੱਲੇ ਟੈਕਸੀ ਵਾਲੇ ਅਸੀਂ ਤਾਂ ਬੱਸ ਦੇਖਦੇ ਜੇ ਬੱਸ ਜਾਊ 7 ਸੀਟਰ ਕਿਸੇ ਕੋਲੇ ਆਹ ਇਹ ਸਿਸਟਮ ਵਧੀਆ ਯਾਰ ਜਿਹਨੇ ਕਰਨਾ 11 ਸੀਟਰ 10 ਸੀਟਰ 12 ਸੀਟਰ ਇੰਨੀਆਂ ਨਹੀਂ ਇਹਨਾਂ ਕੋਲੇ ਅਤੇ ਜਿਵੇਂ ਜਿਵੇਂ ਕਰਨਾ ਉਹ ਅਗਲਾ ਕਰ ਲਊਗਾ ਅਸੀਂ ਤਾਂ ਬੱਸ ਦੇਖਦੇ ਜੇ ਇੱਥੋਂ ਬੱਸ ਜਾਊਗੀ ਜੇ ਨਾ ਗਈ ਫਿਰ ਟੈਕਸੀ ਕਰਨੀ ਪੈਣੀ ਹੈ ਆ ਇੱਕ ਇੱਥੇ ਬੱਸ ਵੀ ਲੱਗੀ ਹੋਈ ਹੈ ਅਤੇ ਬੱਸ ਪੁੱਛਦੇ ਹਾਂ ਹੈਲੋ ਟਾਊਨ ਟਾਊਨ ਯਾ ਖੁਸ਼ੀ ਕਨਫਰਮ ਕਰਿਓ ਦੁਬਾਰਾ ਕਿਸ ਤੋਂ ਐਕਸਕਿਊਜ਼ ਮੀ ਬਰੋ ਬੱਸ ਹੈਲੋ ਬੱਸ ਗੋਇੰਗ ਟੂ ਟਾਊਨ 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 ਥੈਂਕ ਯੂ ਟਾਊਨ ਨੂੰ ਜਾ ਰਹੀ ਹੈ ਇਹ ਐਕਸਪੀਰੀਅੰਸ ਵੀ ਅਸੀਂ ਤਾਂ ਕੀਤਾ ਯਾਰ ਬਹੁਤ ਘੱਟ ਅਸੀਂ ਪਬਲਿਕ ਟਰਾਂਸਪੋਰਟ ਯੂਜ਼ ਕੀਤੀ ਆ ਸਾਡੇ ਆ ਟੂਰ 'ਤੇ ਫਿਰ ਮੈਂ ਕਿਹਾ ਤਾਂ ਕਰਕੇ ਚੜਿਆ ਜਾਵੇ ਲੋਕਲ ਬੱਸਾਂ ਦੇ ਵਿੱਚ ਵੀ ਕੀਨੀਆਂ ਦੀਆਂ ਬੱਸਾਂ ਦੇ ਅੰਦਰ ਬਹੁਤ ਰੰਗੀਨ ਹੁੰਦੀ ਹੈ ਅਤੇ ਮਿਊਜ਼ਿਕ ਬਹੁਤ ਲਾ ਕੇ ਰੱਖਦੇ ਨੇ ਲਾਊਡ ਇਹ ਆਲੇ ਦੁਆਲੇ ਜਿਵੇਂ ਪਾਕਿਸਤਾਨ 'ਚ ਰੱਖਦੇ ਨਾ ਹਰੀਆਂ ਭਰੀਆਂ ਰੰਗ ਬਿਰੰਗੀਆਂ ਕਰਕੇ ਉਵੇਂ ਇਹਨਾਂ ਦਾ ਕੰਮ ਹੈਗਾ ਇੱਥੇ ਲਿਆ ਕੇ ਤਾਰਤਾ ਬੱਸ ਨੇ ਇਹ ਟਾਊਨ ਹੈਗਾ ਸਾਰਾ ਪੈਸੇ ਤਾਂ ਲੈ ਲਏ ਸੀ ਆਪਾਂ ਰਿਫੰਡ ਉਹ ਤੋਂ ਇੱਥੇ ਨਾ ਮੈਨੂੰ ਨਾਇਰੋਬੀ ਨਾ ਥੋੜ੍ਹਾ ਜਿਹਾ ਭੀੜ ਭੜੱਕਾ ਘੱਟ ਲੱਗਦਾ ਕਿਉਂਕਿ ਰਾਜਧਾਨੀ ਹੈ ਫਿਰ ਵੀ ਉਹ ਨਾਇਰੋਬੀ 'ਚ ਬਹੁਤ ਸਾਰੀ ਭੀੜ ਰਹਿੰਦੀ ਸੀ ਓ ਦਿਸ ਇਜ਼ ਸ਼ਟਲ ਅਸੀਂ ਨਾ ਚਲੋ ਵਾਪਸ ਜਾਣ ਵਾਲੇ ਵਾਸਤੇ ਟਾਈਮਿੰਗ ਪੁੱਛਦੇ ਹਾਂ ਇਹ ਕਹਿੰਦਾ ਇਹੋ ਜਿਹੀਆਂ ਬੱਸਾਂ ਜਾਣਗੀਆਂ ਜਾਂਦੇ ਹੋਏ ਅਸੀਂ ਗੁਰਦੁਆਰਾ ਸਾਹਿਬ ਜਾਣਾ ਮਨਕਿੰਦੋ ਸਾਹਿਬ ਉਹਦਾ ਤੁਹਾਨੂੰ ਵਲੌਗ ਦੇਖਣ ਨੂੰ ਮਿਲੂ ਉਹਨੂੰ ਹਰਿਮੰਦਰ ਸਾਹਿਬ ਕਹਿੰਦੇ ਅਫਰੀਕਾ ਦਾ ਅਤੇ ਉਹਦੇ ਬਾਰੇ ਪੁੱਛਣਾ ਸੀਗਾ ਵੀ ਇੱਥੋਂ ਜਿਹੜੀ ਲੈ ਕੇ ਜਾਣੀ ਆ ਆਹ ਬੱਸ ਇਹਨੂੰ ਸ਼ਟਲ ਕਹਿ ਦਿੰਦੇ ਆ ਸ਼ਟਲ ਬੁੱਕ ਕਰਨੀ ਹੈਗੀ ਅੱਜ ਹੀ ਮੈਂ ਕਿਹਾ ਬੁੱਕ ਕਰ ਦਿੰਦਾ 2 ਦਿਨ ਪਹਿਲਾਂ ਇਹ ਸ਼ਹਿਰ 'ਚ ਨਾ ਆਟੋ ਵੀ ਚੱਲਦੇ ਆ ਮੈਨੂੰ ਤਾਂ ਐਂ ਲੱਗੀ ਜਾਂਦਾ ਜਿਵੇਂ ਸਾਊਥ ਇੰਡੀਆ ਆ ਗਏ ਹੁੰਦੇ ਆ ਆਹ ਪੈਟਰੋਲ ਪੰਪ ਇੱਥੋਂ ਦਾ ਸਾਰਾ ਇਹ ਰੋਕ ਰੱਖਿਆ ਗੱਡੀਆਂ ਨੇ ਬੰਦਿਆਂ ਨੇ ਬੈਠ ਬੈਠ ਪਤਾ ਨਹੀਂ ਬੰਦ ਪਿਆ ਗਿਆ ਕਿੱਥੋਂ ਪੈਟਰੋਲ ਪਵਾਉਣਾ ਹੁੰਦਾ ਹੋਊ ਇਹ 'ਤੇ ਕੋਈ ਅਤੇ ਇਹ ਪੈਟਰੋਲ ਸਟੇਸ਼ਨ ਦੇ ਨੇੜੇ ਬਿਲਕੁਲ ਜਿੱਥੇ ਨਾ ਤੁਹਾਨੂੰ ਬੱਸ ਤਾਰੂਗੀ ਓਲਡ ਟਾਊਨ ਦੇ ਕੋਲ ਹੀ ਗੁਰਦੁਆਰਾ ਸਾਹਿਬ ਆ ਇੱਥੇ ਫਰੂਟ ਇੱਥੇ ਇਸ ਤਰ੍ਹਾਂ ਵਿਕਦੇ ਆ ਰੇਹੜੀਆਂ ਲਾ ਕੇ ਅਤੇ ਸਾਡਾ ਦੂਜਾ ਸ਼ਹਿਰ ਹੈਗਾ ਇਹਦਾ ਖੁਸ਼ੀ ਫਰੂਟ ਲੈ ਲਾ ਕੁਛ ਇਹ ਸਾਡਾ ਦੂਜਾ ਸ਼ਹਿਰ ਹੈਗਾ ਕੀਨੀਆਂ ਦਾ ਵੱਡਾ ਅਤੇ ਇੱਥੇ ਬਾਈਕ ਵਾਲਿਆਂ ਤੋਂ ਕਹਿੰਦੇ ਡਰਨ ਦੀ ਘੱਟ ਲੋੜ ਹੈ ਥੋੜ੍ਹੀ ਜਿਹੀ ਇੱਥੇ ਵੀ ਹੈਗਾ ਮਾੜਾ ਮੋਟਾ ਸਨੈਚਿੰਗ ਵਾਲਾ ਕੰਮ ਪਰ ਘੱਟ ਹੈ ਇਹਨਾਂ ਨੇ ਇੱਥੇ ਜਦੋਂ ਵੀ ਤੁਸੀਂ ਕੇਲੇ ਲਓਗੇ ਨਾ 10 ਸ਼ਿਲਿੰਗ ਦਾ ਇੱਕ ਕੇਲਾ ਮਿਲਦਾ ਹੈਗਾ ਅਤੇ ਜਿੰਨੇ ਮਰਜ਼ੀ ਲੈ ਲਓ ਜਿਵੇਂ ਅਸੀਂ 50 ਦੇ 5 ਲੈ ਲੈਣੇ ਹੁੰਦੇ ਹਾਂ ਸਾਹਮਣੇ ਨੇ ਇੱਥੇ ਬੋਰਡ ਲੱਗਿਆ ਹੋਇਆ ਸਿੰਘ ਰੈਸਟੋਰੈਂਟ ਅਤੇ ਇਹਨਾਂ ਨੂੰ ਪੁੱਛਦੇ ਹਾਂ ਗੁਰਦੁਆਰਾ ਸਾਹਿਬ ਕਿੱਥੇ ਵੈਸੇ ਤਾਂ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਹੀ ਦਿਖਣ ਲੱਗਿਆ ਪੁਰਾਣੇ ਪੈਸੇ ਗੁਰਦੁਆਰਾ ਸਾਹਿਬ ਹੀ ਆ ਅਤੇ ਦੇਖੋ ਤਕੜੇ ਕਾਰੋਬਾਰ ਹੈ ਆਪਣੇ ਪੰਜਾਬ ਵਾਲਿਆਂ ਦੇ ਇੱਥੇ ਆਹੀ ਆ ਗੁਰਦੁਆਰਾ ਸਾਹਿਬ ਵੈਸੇ ਗੂਗਲ ਮੈਪ 'ਤੇ ਜਦੋਂ ਚੈੱਕ ਕਰੋਗੇ ਦੋ ਪਤਾ ਨਹੀਂ ਤਿੰਨ ਦਿਖਾਉਂਦਾ ਮੈਂਬੋ ਦੋ ਪਤਾ ਨਹੀਂ ਤਿੰਨ ਗੁਰਦੁਆਰਾ ਸਾਹਿਬ ਦਿਖਾਉਂਦਾ ਅਤੇ ਦੇਖਦੇ ਹਾਂ ਅੰਦਰ ਜਾ ਕੇ ਰਹਿਣ ਕਰਨ ਦਾ ਪੁੱਛਦੇ ਹਾਂ ਕੀ ਆ ਹੈਲੋ ਮੈਂਬੋ ਹੈਲੋ ਮੈਂਬੋ ਹਾਓ ਆਰ ਯੂ ਯਾ ਲੈ ਵੀ ਇਹ ਹੈ ਗੁਰਦੁਆਰਾ ਸਾਹਿਬ ਇੱਥੇ ਜਿੱਦਾਂ ਦਾ ਨਾ ਅਸੀਂ ਅਫਰੀਕਾ ਆਏ ਹਾਂ ਪਹਿਲੀ ਵਾਰ ਗੁਰਦੁਆਰਾ ਸਾਹਿਬ 'ਚ ਸਟੇਅ ਕਰਾਂਗੇ ਅਤੇ ਅੱਜ ਵੀ ਸਾਨੂੰ ਤਾਂ ਸੀਗਾ ਕਿਉਂਕਿ ਕੱਲ੍ਹ ਨੂੰ ਅਸੀਂ ਲੇਟ ਨਾਈਟ ਵਾਪਸ ਜਾਣਾ ਸਾਡੇ ਕੋਲ ਅੱਜ ਦਾ ਦਿਨ ਹੈ 2 ਵਜੇ ਹੋਏ ਆ ਹੁਣ 6 ਘੰਟੇ ਲਾਏ ਸੀ ਟ੍ਰੇਨ ਨੇ ਤੁਹਾਨੂੰ ਪਤਾ ਟ੍ਰੇਨ 1 ਮਿੰਟ ਵੀ ਨਹੀਂ ਲੇਟ ਹੁੰਦੀ ਇੱਥੇ ਜਮਾਂ ਐਟ ਦੀ ਟਾਈਮ ਉੱਥੋਂ ਚੱਲੀ ਆ 8 ਵਜੇ ਅਤੇ 2 ਵਜੇ 1:59 'ਤੇ 2 ਵਜੇ ਸਹੀ ਟ੍ਰੇਨ ਨੇ ਇੱਥੇ ਲਾਤਾ ਸੀਗਾ ਸਹੀ 6 ਘੰਟਿਆਂ 'ਚ ਅਤੇ ਹੁਣ ਅੱਜ ਅਸੀਂ ਬੀਚ ਵਗੈਰਾ ਐਕਸਪਲੋਰ ਕਰਨੀ ਹੈ ਬੀਚ 'ਤੇ ਜਾਵਾਂਗੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਸਮੁੰਦਰ ਕਿਨਾਰੇ ਹੈ ਸ਼ਹਿਰ ਉਹਦਾ ਪਰ ਵਲੌਗ ਅਗਲਾ ਆਊਗਾ ਅਤੇ ਜਿਹੜਾ ਕੱਲ੍ਹ ਨੂੰ ਫਿਰ ਟਾਊਨ ਵਗੈਰਾ ਘੁੰਮਣਾ ਕੱਲ੍ਹ ਨੂੰ ਫਿਰ ਰਾਤ ਨੂੰ ਅਸੀਂ ਬੱਸ ਲੈਣੀ ਹੈ
मनकिंदो साहब जो मनकिंदो साहब वह बहुत ही पापूलर गुरद्वारा साहब है पूरे ईस्ट अफ्रीका चाहे तुम दर्शन करावे। ये है जी ऑफिस इतने दमे दशमेष दरबार उपर शायद दरबार साहब हो तो पहला कमरे का पुछते हैं रहन सहन का फिर तुम अंदरों भी दर्शन करावे गुरद्वारा साहब से। अफ्रीका के आलमोस्ट सारे सिटी च गुरद्वारा साहब वधिया वधिया बने हुए हैं। दोपहर का टाइम हैगा मैं लगता रेस्ट कर रहे होने कोई तो इतने सानू कोई मिल नहीं रहा है गुरद्वारा साहब च इधर मैं लगता लंगर हाल इधर लंगर हाल ना हो थले इतने इमारत बनी हुई इतने कोई भी नहीं है जी। ये बापू जी मिले से इन्हों पुछया कहते ज्ञानी साहब है नहीं प्रशादा पानी छक सकते अंदर अच्छा बनया नहीं है ठीक है जी अच्छा है ठीक है ओके। जिमें आप नायरोबी दे विच देखिया सी ना उवीं इत्थे आ ते मैं लगदा कोई फंक्शन चल रहा सीगा मैरिज वगैरह दा जां कोई ना कोई होना टेबल वगैरह इकट्ठे करी जांदे आ इह ते जिन्ने भी इत्थे विआह दे होर शादियां दे प्रोग्राम हुंदे आ इह इत्थे ही करदे जिहड़े पंजाबी आ गुरद्वारा साहब दे अंदर ही कर लैंदे आ। इह लंगर हाल है इह गुरद्वारा साहब दा इस लिखा गुरु का लंगर प्रशादा पाणी पुछदे आ जे इन्हां नूं होऊगा वैसे आंटी तां कह के गए सी इक कहिंदे हैगा प्रशादा देखते हैं जो कुछ। हाँ जी सत श्रीकाल जी है जी अच्छा ठीक है मेहरबानी जी देख लो प्रशादे लभदे फिरदे ने सानू पछाणी जांदे धन्यवाद जी धन्यवाद देख लो पंजाबी दिल खोल के रखते हैं अफरीका वाले सारे है मुंबासे च भी पंजाबी रहिंदे आ सारे कितें प्रशादा छक लिए फिर रहन सहन तां करदे आ असीं खुशी पहलां प्रशादे लभदे फिरदे जां जाणदे आ आपां सारे ये आ गया जी दरबार हाल तो हेठले पासे समागम करने लई जिवें नायरोबी च देखिया सीगा उवीं है उपरले पासे दरबार साहब बनिया होया गया। गुरद्वारा साहब की इमारत इत्थे भी काफ़ी खुली डुली तो वधिया ये देखो इन्ना सारा गुरद्वारा साहब जिहड़ा मुंबासा दे विच बनिया होया गया अफरीका दे ना खास करके कीनिया दे मतलब गुरद्वारा साहब बहुत सोहणे बने हुए है। प्रशादा पानी छक लिया जी तो हुण कमरा बाबा जी ने पुछया तो देखते हैं कमरा आ मेरे ख्याल इधरले पासे आ सराब बनी हुई है तो इधर कमरे मिलते होंगे रिहायश का प्रबंध कहो जहाँ। ये देखो लिखा मुसाफरखाना किड्डा सोहना शब्द है यार मुसाफरखाना श्री गुरु सिंह सभा मुंबासा दी बुनियादी पत्थर निरंजन सिंह मेरे पापा जी का नाम भी निरंजन सिंह है 1953 का है 1953 च यह नीम पत्थर रखा हुआ मतलब उदू पुराना होना गुरद्वारा साहब होना जो यह सराएगी सारी अंदर ये आ गया जी अपना अज का टिकाणा रहायश इतनी करनी है साफ सुथरे कमरे वधिया 1953 च बनया मैं तो लगता है भी पुराने हो गए शुक्रिया जी मेहरबानी बहुत बहुत ताकि कल नूं ना इत्थे मैरिज है तो मैरिज दे आह लड्डू गुलाब जामुन इत्थे ही बनाउंदे सारे तो चाह बनी जांदी है तो असीं दुबारा फिर आए हैं लंगर च डोकला बनिया होया मिठाइयां जे कोशिश करांगे जे दिखा सकते हो टाइम घट है साडे कोल तुहानूं कीनियां दा जिहा जिहा विआह करदे आ पंजाबी इत्थे उह भी दिखावांगे। अफरीका वालिआं ने भी मिठाइयां खा के देख लईआं सी डोकला काजू बर्फी अच्छा वह भी खावे जी। ये कीनी वाले सारिया मिठाइया खा खवा के तोरन गए हम सू हाँ जी ते देखो लड्डू इतने भी बनते हैं लड्डू लड्डुआ तो अलावा इन्होंने बर्फी गुलाब जामुन डोकला चाह छोले क्या बात है जिवें तुम दसिया ना भी ਵਿਆਹ ਦਿਖਾਵਾਂਗੇ ਤੁਹਾਨੂੰ ਜੇ ਕੋਸ਼ਿਸ਼ ਕਰਾਂਗੇ ਹੋ ਸਕਿਆ ਪੱਕਾ ਤੁਹਾਡੇ ਨਾਲ ਪ੍ਰੋਮਿਸ ਨਹੀਂ ਕਰਦਾ ਕੱਲ ਨੂੰ ਕੱਲ ਸਵੇਰ ਨੂੰ ਹੈ ਜੀ ਠੀਕ ਹੈ ਜੀ ਥੈਂਕ ਯੂ। ਇਸ ਤੋਂ ਬਾਅਦ ਅਸੀਂ ਜਾਣਾ ਹੈ ਬਾਹਰ ਦੁਬਾਰਾ ਮਾਰਕੀਟ 'ਚ ਅਤੇ ਥੋੜ੍ਹਾ ਜਿਹਾ ਪੁੱਛ ਗਿੱਛ ਕਰਕੇ ਆਉਣੀ ਹੈ ਕੱਲ ਨੂੰ ਜਿਹੜੀਆਂ ਚੀਜ਼ਾਂ ਘੁੰਮਣੀਆਂ ਅਤੇ ਜਿਹੜੀ ਟਿਕਟ ਦਾ ਤੁਹਾਨੂੰ ਦੱਸ ਰਹੇ ਸੀਗੇ ਇੱਕ ਟਿਕਟ ਬੁੱਕ ਕਰਵਾ ਕੇ ਆਉਣੀ ਅਸੀਂ ਅਤੇ ਕਿਉਂਕਿ ਫਿਰ ਸਾਡੇ ਕੋਲ ਦੋ ਤਿੰਨ ਕੁ ਦਿਨ ਹੀ ਆ ਹੁਣ ਕੀਨੀਆ ਦੇ ਅਤੇ ਇਸ ਤੋਂ ਬਾਅਦ ਅਸੀਂ ਕੀਨੀਆ ਐਗਜ਼ਿਟ ਕਰ ਜਾਣਾਗਾ ਕਿਸੇ ਹੋਰ ਕੰਟਰੀ 'ਚ ਮੂਵ ਹੋਵਾਂਗੇ ਅਤੇ 8-10 ਦਿਨ ਅਗਲੀ ਕੰਟਰੀ 'ਚ ਲਵਾਂਗੇ। ਕੱਲ੍ਹ ਨੂੰ ਨਾ ਤੁਹਾਨੂੰ ਇਹ ਸ਼ਹਿਰ ਘੁਮਾਉਣਾ ਹੈਗਾ ਪੂਰਾ ਅਤੇ ਇਹ ਸ਼ਹਿਰ ਦੀ ਬਹੁਤ ਰਿਚ ਹਿਸਟਰੀ ਹੈ ਮਤਲਬ ਬਹੁਤ ਪੁਰਾਣਾ ਟਾਊਨ ਹੈ ਇਹ ਮੁੰਬਾਸਾ ਕਿਸੇ ਟਾਈਮ ਮਤਲਬ ਜਿਹੜੇ ਪਾਣੀ ਵਾਲੇ ਜਹਾਜ਼ਾਂ ਰਾਹੀਂ ਜਦੋਂ ਲੋਕ ਇੱਥੇ ਕੀਨੀਆ ਆਇਆ ਕਰਦੇ ਸੀਗੇ ਸ਼ਿਪਸ ਚੱਲਦੇ ਹੁੰਦੇ ਸੀ ਹੈ ਨਾ
ਤੇ ਉਦੋਂ ਮਤਲਬ ਬੰਦਰਗਾਹ ਹੋਇਆ ਕਰਦੀ ਬਹੁਤ ਵੱਡੀ ਸ਼ਾਇਦ ਬੰਦਰਗਾਹ ਤਾਂ ਹੁਣ ਵੀ ਹੋਵੇ ਤੇ ਇਹ ਦੇਖੋ ਮਟੈਟੋ 'ਚ ਨਹੀਂ ਅਸੀਂ ਅੱਜ ਤੱਕ ਬੈਠੇ ਯਾਰ ਇੱਥੇ ਛੱਲੀਆਂ ਯਾਰ ਵਿਕਦੀਆਂ ਆਪਣੇ ਪੰਜਾਬ ਨਾਲ ਦੀਆਂ ਪਰ ਇਹ ਆਪਣੇ ਪੀਲੀਆਂ ਹੁੰਦੀਆਂ ਇੱਥੇ ਚਿੱਟੇ ਰੰਗ ਦੀਆਂ ਛੱਲੀਆਂ ਹੈਗੀਆਂ ਤੇ ਕਿਉਂਕਿ ਇਹਨਾਂ ਦਿਨਾਂ 'ਚ ਖਾਂਦੇ ਆ ਇਹ ਕਹਿੰਦੇ ਮੱਕੀ ਪੱਕੀ ਹੋਈ ਹੁੰਦੀ ਹੈ ਇਹਨਾਂ ਦਿਨਾਂ 'ਚ ਸਰਦੀ ਇਹਨਾਂ ਦੀ ਓਕੇ ਥੈਂਕ ਯੂ ਬਸ ਮੈਂ ਬੋ ਹੁਣ ਆਹ ਬੰਦੇ ਖੜੇ ਆ ਇਹਨਾਂ ਤੋਂ ਬਸ ਰਾਹ ਪੁੱਛਿਆ ਤੇ ਅਸੀਂ ਜਾ ਰਹੇ ਹਾਂ ਹੁਣ ਆਫਿਸ ਓਕੇ ਲੈਟਸ ਗੋ ਤੇ ਆਫਿਸ ਜਾ ਰਹੇ ਹਾਂ ਬੱਸ ਦਾ ਪਤਾ ਕਰਦੇ ਹਾਂ ਤੇ ਫਿਰ ਕੱਲ ਨੂੰ ਰਾਤ ਨੂੰ ਅਸੀਂ ਬੱਸ ਲੈਣੀ ਆ ਉਹਦਾ ਵਲੌਗ ਨਹੀਂ ਆਊਗਾ ਤੁਹਾਡੇ ਕੋਲੇ ਮੈਂ ਵੈਸੇ ਇਨਫੋਰਮੇਸ਼ਨ ਦੇ ਦਿੱਤੀ ਤੁਹਾਨੂੰ ਇੱਥੇ ਸਨੈਚਿੰਗ ਘੱਟ ਹੈ ਯਾਰ ਖੁਸ਼ੀ ਦੀ ਗੱਲ ਇਹ ਆ ਵੀ ਇੱਥੇ ਕੋਈ ਫੋਨ ਤੁਹਾਡੇ ਸੇਫ ਆ ਜੇ ਮਰਜ਼ੀ ਫਿਰਦੇ ਰਹੋ ਇਹ ਨਾ ਜਿਵੇਂ ਆਪਣੇ ਨਾਗਾਲੈਂਡ 'ਚ ਜਾਂ ਕਿਤੇ ਹੋਰ ਦੇਖੇ ਅਸੀਂ ਟੈਕਸੀਜ਼ ਦੇ ਕਾਊਂਟਰ ਇੱਥੇ ਵੀ ਇਹ ਸਾਰੇ ਕਾਊਂਟਰ ਬਣੇ ਹੋਏ ਬੱਸਿਸ ਦੇ ਜਿਹੜੀਆਂ ਬੱਸਿਸ ਜਾਂਦੀਆਂ ਅਤੇ ਇੱਥੇ ਸਾਰਿਆਂ ਦੇਖੋ ਇਹਨਾਂ ਲਿਖਿਆ ਹੋਇਆ ਹੈਗਾ ਮੇਗੋਰੀ ਹੋਨਾਵੇ ਕਿਸੋਮੋ ਕਰੀਚੋ ਨਗੂਰੂ ਨੈਰੋਬੀ ਮੰਬਾਸਾ ਅਤੇ ਅਸੀਂ ਜਾਣਾ ਹੈਗਾ ਮਤਲਬ ਕੱਲ੍ਹ ਵੱਡੀ ਬੱਸ ਇਹੀ ਲੈ ਲਵਾਂਗੇ ਫਿਰ ਜਿੰਨੇ ਵੀ ਇਹ ਕਾਊਂਟਰ ਨੇ ਸਾਰੇ ਗੁਰਦੁਆਰਾ ਸਾਹਿਬ ਦੇ ਕੋਲ ਆ ਅਤੇ ਬੁਕਿੰਗ ਸਾਡੀ ਹੋ ਗਈ ਅਤੇ ਹੁਣ ਕੱਲ੍ਹ ਨੂੰ ਪਹਿਲਾਂ ਤੁਹਾਨੂੰ ਸ਼ਹਿਰ ਘੁਮਾਉਣਾ ਹੈਗਾ ਥੋੜ੍ਹਾ ਬਹੁਤਾ ਗੇੜਾ ਅੱਜ ਵੀ ਦਿੰਦੇ ਜਿਵੇਂ ਨਾ ਇਹ ਕੋਸਟਲ ਸਿਟੀ ਹੈ ਇੱਕ ਵਾਈ ਵਾਰੀ ਹੈ ਪੂਰੀ ਅਤੇ ਪਤਾ ਲੱਗ ਰਿਹਾ ਵੀ ਹਾਂ ਕੋਸਟਲ ਸਿਟੀ 'ਚ ਆਏ ਹਾਂ ਕਿਸੇ 'ਚ ਸਾਰੇ ਪਾਸੇ ਨਾ ਜਿਵੇਂ ਵਾਈਟ ਵਾਈਟ ਬਿਲਡਿੰਗਸ ਹੁੰਦੀਆਂ ਪਹਿਲਾਂ ਆਪਾਂ ਸ਼੍ਰੀਲੰਕਾ ਦੇਖਿਆ ਜਾਂ ਕਿਤੇ ਹੋਰ ਹੈ ਨਾ ਉਵੇਂ ਮਤਲਬ ਇਹ ਸ਼ਹਿਰ ਵਸਿਆ ਹੋਇਆ ਹੈਗਾ ਪਰ ਯਾਰ ਨੈਰੋਬੀ ਨੂੰ ਵਧੀਆ ਭੀੜ ਭੜੱਕਾ ਘੱਟ ਹੈਗਾ ਮਤਲਬ ਇਹ ਥਾਂ ਨਾ ਬੰਦਾ ਖੁੱਲ੍ਹ ਕੇ ਜੇ ਘੁੰਮ ਸਕਦਾ ਹੋਰ ਤਾਂ ਕੁਛ ਨਹੀਂ ਹੈਗਾ ਅਫਰੀਕਾ ਦੀਆਂ ਨਾ ਲੋਕਲ ਟੀ ਸ਼ੋਪਸ ਕੁਛ ਇਹੋ ਜਿਹੀਆਂ ਹੁੰਦੀਆਂ ਅਤੇ ਇੱਥੋਂ ਅਸੀਂ ਚਾਹ ਔਡਰ ਕੀਤੀ ਹੈ ਨਾਲ ਕੁਛ ਖਾਣ ਪੀਣ ਨੂੰ ਕਿਉਂਕਿ ਸਵੇਰੇ ਸਵੇਰੇ ਚਾਹ ਪੀ ਲਈ ਇੱਕ ਵਾਰ ਇਹੋ ਜਿਹੀਆਂ ਸ਼ੋਪਸ ਹੈ ਹੁਣ ਲੋਕਲ ਐਡਵੈਂਚਰ ਹੋ ਰਿਹਾ ਜ਼ਿਆਦਾ ਨੈਰੋਬੀ 'ਚ ਤਾਂ ਜਦੋਂ ਰਾਜਧਾਨੀ ਸੀਗੇ ਉਹ ਤਾਂ ਪੰਜਾਬੀਆਂ ਦੇ ਘਰਾਂ 'ਚ ਆਪਾਂ ਫਿਰਦੇ ਸੀਗੇ ਆਹ ਦੇਖੋ ਚਾਹ ਦੇ ਕੱਪ ਯਾਰ ਆਪਣੇ ਵਾਂਗੂ ਇਹ ਵੀ ਬਹੁਤ ਭਰ ਭਰ ਪੀਂਦੇ ਆ ਕਈ ਕੰਟਰੀ 'ਚ ਚਾਹ ਬਿਲਕੁਲ ਵੀ ਨਹੀਂ ਪੀਂਦੇ ਪਰ ਅਫਰੀਕਾ 'ਚ ਪੀਤੀ ਜਾਂਦੀ ਹੈ ਇਹ ਸੀ ਆਪਣਾ ਅੱਜ ਦਾ ਵਲੌਗ ਜਿਹਦੇ 'ਚ ਆਪਾਂ ਪਹੁੰਚਾਂਗੇ ਨੈਰੋਬੀ ਤੋਂ ਮੰਬਾਸਾ ਅਤੇ ਕੱਲ੍ਹ ਦੇ ਵਲੌਗ 'ਚ ਹੁਣ ਤੁਹਾਨੂੰ ਘੁਮਾਵਾਂਗੇ ਕੀਨੀਆ ਦਾ ਇੱਕ ਹੋਰ ਸੋਹਣਾ ਜਿਹਾ ਸ਼ਹਿਰ ਮੰਬਾਸਾ ਅਤੇ ਜਿੱਦੇ ਦੇ ਅਸੀਂ ਕੀਨੀਆ ਆਏ ਹਾਂ ਪਹਿਲੀ ਵਾਰ ਸਮੁੰਦਰ ਦੇਖਾਂਗੇ ਪਹਿਲੀ ਵਾਰ ਸਮੁੰਦਰ ਦਾ ਕੰਢਾ ਦੇਖਾਂਗੇ ਇੰਡੀਅਨ ਓਸ਼ੀਅਨ ਹੈ ਅਤੇ ਇਹਦੇ ਸਮੁੰਦਰ ਦੇ ਕਿਨਾਰੇ ਜੇ ਦੂਜੇ ਪਾਸੇ ਜਾਓ ਸਿੱਧਾ ਬੰਦਾ ਇੰਡੀਆ ਪਹੁੰਚ ਜੂਗਾ ਅਸੀਂ ਇੰਡੀਆ ਦੇ ਬਿਲਕੁਲ ਸਾਹਮਣੇ ਕਿਹੋ ਜਿਹਾ ਰਹਿੰਦਾ ਕੱਲ੍ਹ ਦਾ ਵਲੌਗ ਉਹ ਤੁਸੀਂ ਕੱਲ੍ਹ ਨੂੰ ਦੇਖਿਓ ਨਵੇਂ ਵਲੌਗ ਜਿੱਦਾਂ ਕਰਿਓ ਤੁਸੀਂ ਇੰਤਜ਼ਾਰ ਮਿਲਦੇ ਹਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ